ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ 10ਵੀਂ ਚਮਤਰੀ ਪੁਸਤਕ ਸਾਹਿਤਿਕ ਰੰਗ ਭਾਗ 2 ਵਿੱਚ ਦਰਜ ਜੀਵਨੀ ਅਣਥਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਜੋ ਕਿ ਡਾਕਟਰ ਪ੍ਰਿਥਵੀ ਰਾਜ <th>ਪਰ ਦੁਆਰਾ ਲਿਖੀ ਗਈ ਹੈ ਪੜ੍ਹਾਂਗੇ ਇਹ ਤੁਹਾਡੀ ਪੁਸਤਕ ਵਿੱਚ ਪੰਨਾ ਨੰਬਰ 81 ਉੱਤੇ ਦਰਜ ਹੈ ਇਸ ਵਿੱਚ ਪ੍ਰਸਿੱਧ ਵਿਗਿਆਨੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਆਪਣਾ ਸਮੁੱਚਾ ਜੀਵਨ ਦੇਸ਼ ਤੇ ਲੇਖੇ ਲਾਇਆ। ਉਹ ਸਫਲ ਵਿਗਿਆਨੀ ਅਤੇ ਸਫਲ ਰਾਸ਼ਟਰਪਤੀ ਬਣ ਕੇ ਦੂਜਿਆਂ ਲਈ ਚਾਨਣ ਮੁਨਾਰਾ ਬਣੇ। ਕਿਰਤਹੀ ਉਹਨਾਂ ਲਈ ਪੂਜਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਛੁੱਟੀ ਦਾ ਐਲਾਨ ਨਹੀਂ ਕਰਨਾ। ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ ਡਾਕਟਰ ਏ ਪੀ ਜੇ ਅਬਦੁਲ ਕਲਾਮ ਦਾ ਜਨਮ ਭਾਰਤ ਦੇ ਤਾਮਿਲਨਾਡੂ ਸੂਬੇ ਦੇ ਰਮੇਸ਼ਵਰਮ ਵਿੱਚ ਤਨੁਸ਼ਕੋਡੀ ਵਿਖੇ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਜੈਨੂ ਲਾਬੁਦੀਨ ਅਤੇ ਮਾਨਦਾਨਾ ਆਸ਼ੀਆਮਾ ਸੀ। ਇੱਕ ਸੁਧਾਰਨ ਪਰਿਵਾਰ ਸੀ। ਕਲਾਮ ਘਰ ਵਿੱਚ ਆਪਣੇ ਚਾਰ ਭਰਾਵਾਂ ਤੇ ਇੱਕ ਭੈਣ ਤੋਂ ਛੋਟੇ ਸਨ। ਕਲਾਮ ਦੇ ਪੁਰਖਿਆਂ ਦਾ ਕਿਸ਼ਤੀਆਂ ਦਾ ਚੰਗਾ ਚੋਖਾ ਵਪਾਰ ਸੀ। ਪੁਰਖੇ ਭਾਵ ਉਹਦੇ ਵੱਡੇ ਵਡੇਰੇ ਨੇ ਜਿਹੜੇ ਉਹ ਸ਼ੁਰੂ ਤੋਂ ਹੀ ਕਿਸ਼ਤੀਆਂ ਦਾ ਕੰਮ ਕਰਦੇ ਆ ਰਹੇ ਸਨ। ਪਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਾਫੀ ਗਰੀਬ ਹੋ ਗਏ। ਇਸ ਲਈ ਅਬਦੁਲ ਕਲਾਮ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਸਹਾਇਤਾ ਕਰਨੀ ਪਈ ਸਕੂਲੀ ਪੜਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ ਉਹ ਇੱਕ ਐਵਰੇਜ ਸਟੂਡੈਂਟਸ ਹਨ ਕੋਈ ਜ਼ਿਆਦਾ ਇੰਟੈਲੀਜੈਂਟ ਨਹੀਂ ਸਨ ਪਰ ਉਹ ਮਿਹਨਤੀ ਸਨ ਅਤੇ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਸਨ ਉਨ੍ਹਾਂ ਦੀ ਅੰਕਗਣਿਤ ਦੇ ਵਿਸ਼ੇ ਵਿੱਚ ਵਿਸ਼ੇਸ਼ ਰੁਚੀ ਸੀ ਅੰਕਗਣਿਤ ਭਾਵ ਅਰਥਮੈਟਿਕ ਰਮਾਨਾਥपुरम ਤੋਂ 10ਵੀਂ ਪਾਸ ਕਰਕੇ ਡਾਕਟਰ ਕਲਾਮ ਨੇ ਤ੍ਰੀਚੁਰਾ ਪੱਲੀ ਤਾਮਿਲਨਾਡੂ ਵਿਖੇ ਸੇਂਟ ਜੋਸਫ ਕਾਲਜ ਤੋਂ ਭੌਤਿਕ ਵਿਗਿਆਨ ਭਾਗ ਫਿਜ਼ਿਕਸ ਵਿੱਚ ਬੀਏ ਦੀ ਡਿਗਰੀ ਪਾਸ ਕੀਤੀ ਵਿਗਿਆਨੀ ਬਚੂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ ਭਰਪੂਰ ਰਿਹਾ ਸਨ 1955 ਵਿੱਚ ਆਪ ਪੁਲਾੜ ਵਿਦਿਆਲੇ ਮਦਰਾਸ ਚੇਨਈ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲ ਹੋ ਗਏ ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਣਨ ਵਾਲੇ ਆਪਣੇ ਸੁਪਨੇ ਤੋਂ ਖੁੰਝ ਗਏ ਸਨ ਭਾਵ ਕੁਝ ਕਾਰਨਾ ਕਰਕੇ ਉਹਨਾਂ ਦਾ ਜਿਹੜਾ ਆਪਣਾ ਸੁਪਨਾ ਸੀ ਕਿ ਉਹ ਭਾਰਤੀ ਹਵਾਈ ਫੌਜ ਵਿੱਚ ਜੰਗੀ ਜਹਾਜ਼ ਦਾ ਪਾਇਲਟ ਬਣਨਾ ਚਾਹੁੰਦੇ ਸਨ ਉਹ ਸੁਪਨੇ ਤੋਂ ਦੂਰ ਹੋ ਗਏ ਸਨ 1960 ਵਿੱਚ ਡਾਕਟਰ ਕਲਾਮ ਬਤੌਰ ਵਿਗਿਆਨੀ ਰੱਖਿਆ ਖੋਜ ਤੇ ਵਿਕਾਸ ਸੰਸਥਾ DRDO ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਇੱਕ ਛੋਟੇ ਹੋਵਰ ਕ੍ਰਾਫਟ ਪਾ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼ ਦਾ ਨਿਰਮਾਣ ਕਰਕੇ ਆਪਣੀ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਪਰ ਉਹ ਆਪਣੀ ਨੌਕਰੀ ਦੀ ਚੋਣ ਤੋਂ ਸੰਤੁਸ਼ਟ ਨਹੀਂ ਸਨ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ ISRO ਚਲੇ ਗਏ। ਉੱਥੇ ਉਹ ਪਹਿਲੇ ਭਾਰਤੀ ਲੌਂਚ ਵਹੀਕਲ ਐਸ ਐਲ ਵੀ 11 ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਹੋਏ 1982 ਵਿੱਚ ਡਾਕਟਰ ਸਾਹਿਬ ਬਤੌਰ ਡਾਇਰੈਕਟਰ ਡੀ ਆਰ ਡੀਓ ਵਿੱਚ ਵਾਪਸ ਆ ਗਏ ਇੱਥੇ ਉਨ੍ਹਾਂ ਨੇ ਸੰਗਠਿਤ ਨਿਰਦੇਸ਼ਿਤ ਮਿਸਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ 1992 ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਿਕ ਸਲਾਹਕਾਰ ਬਣੇ ਇਸ ਅਹੁਦੇ ਦੀ ਉਹਨਾਂ ਨੇ ਪਰਮਾਣੂ ਪਰਖਾਂ ਦੇ ਵਿਕਾਸ ਦੀ ਮੁਹਿੰਮ ਲਈ ਵਰਤੋਂ ਕੀਤੀ ਮਈ 1998 ਦੀਆਂ ਪੋਖਰਨ 2 ਪਰਖਾਂ ਜਿਨ੍ਹਾਂ ਵਿੱਚ ਪੰਜ ਪਰਮਾਣੂ ਯੰਤਰਾਂ ਦਾ ਵਿਸਫੋਟ ਕੀਤਾ ਗਿਆ ਸੀ ਉਸ ਵਿੱਚ ਡਾਕਟਰ ਕਲਾਮ ਦੀ ਮਹੱਤਮਪੂਰਨ ਭੂਮਿਕਾ ਸੀ ਇਨ੍ਹਾਂ ਪਰਖਾਂ ਦੀ ਦੁਨੀਆ ਦੀਆਂ ਹੋਰਨਾਂ ਤਾਕਤਾਂ ਨੇ ਨੁਕਤਾਚੀਨੀ ਕਰਦੇ ਆ ਨੁਕਤਾਚੀਨੀ ਕਰਦੇ ਆ ਭਾਵੇਂ ਉਹਦੇ ਵਿੱਚ ਨੁਕਸ ਲੱਭਣ ਦੀ ਕੋਸ਼ਿਸ਼ ਕਰਨੀ ਇਸ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਰੋਕ ਲਗਾ ਦਿੱਤੀ ਗਈ ਇਸ ਦੇ ਬਾਵਜੂਦ ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਕਲਾਮ ਇੱਕ ਰਾਸ਼ਟਰੀ ਹੀਰੋ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਵਿਗਿਆਨ ਦੇ ਖੇਤਰ ਵਿੱਚ ਬਹੁਤ ਸਾਰੀਆਂ ਪ੍ਰਾਪਤ ਤਿਆਂ ਕਰਨ ਕਾਰਨ ਕਲਾਮ ਸਾਹਿਬ ਨੂੰ ਖੂਬ ਪ੍ਰਸਿੱਧੀ ਮਿਲੀ ਅਤੇ ਸਰਕਾਰੀ ਦਰਬਾਰੇ ਉਹਨਾਂ ਦਾ ਮਾਨ ਸਨਮਾਨ ਵਧਿਆ ਪਰ ਬਹੁਤ ਜ਼ਿਆਦਾ ਉਹਦੀ ਉਹਨਾਂ ਦੀ ਸਾਰੇ ਹੀ ਇੱਜ਼ਤ ਕਰਦੇ ਸਨ ਰਿਸਪੈਕਟ ਕਰਦੇ ਸਨ ਸਨ 2002 ਵਿੱਚ ਰਾਸ਼ਟਰੀ ਸੱਤਾਧਾਰੀ ਲੋਕ ਰਾਜੀ ਗੱਠ ਜੋੜ ਐਨ ਡੀ ਏ ਦੀ ਮਦਦ ਨਾਲ ਡਾਕਟਰ ਏ ਪੀ ਜੀ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਬਣ ਗਏ ਇਸ ਅਹੁਦੇ ਉੱਪਰ ਵੀ ਉਹਨਾਂ ਨੇ ਚੰਗਾ ਨਾਮ ਨਾ ਖੱਟਿਆ ਪਰ ਬਹੁਤ ਜ਼ਿਆਦਾ ਉਹਨਾਂ ਨੇ ਮਹਤਮੁਨ ਕੰਮ ਕੀਤੇ ਉਹ ਬਹੁਤ ਹੀ ਮਿਲਣਸਾਰ ਸਨ ਲੋਕਾਂ ਨੂੰ ਮਿਲ ਕੇ ਖੁਸ਼ ਹੁੰਦੇ ਸਨ ਬਹੁਤ ਵਧੀਆ ਢੰਗ ਨਾਲ ਮਿਲਦੇ ਸਨ ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਦੀ 5 ਸਾਲਾ ਮਿਆਦ ਦੌਰਾਨ ਭਾਵੇਂ ਰਾਸ਼ਟਰਪਤੀ ਦਾ ਕਾਰਜਕਾਲ ਹੈ ਜਿਹੜਾ ਉਹ 5 ਸਾਲਾਂ ਲਈ ਹੁੰਦਾ ਹੈ ਤਾਂ ਉਹਨਾਂ ਨੇ ਉਹਨਾਂ 5 ਸਾਲਾਂ ਦੇ ਵਿੱਚ 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਤੌਰ ਤੇ ਮੀਟਿੰਗਾਂ ਕਰਨ ਦਾ ਟੀਚਾ ਮਿੱਥਿਆ ਵਿਅਕਤੀਗਤ ਤੌਰ ਤੇ ਭਾਵ ਉਹਨਾਂ ਨੂੰ ਪਰਸਨਲੀ ਉਹ ਮਿਲਣਗੇ 5 ਲੱਖ ਨੌਜਵਾਨਾਂ ਨੂੰ ਉਹਨਾਂ 5 ਸਾਲਾਂ ਦੇ ਵਿੱਚ ਭਾਵ ਹਰ ਸਾਲ ਉਹ 1 ਲੱਖ ਨੌਜਵਾਨਾਂ ਨੂੰ ਮਿਲਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਪੀਪਲਜ਼ ਪ੍ਰੈਜ਼ੀਡੈਂਟ ਕਰਾਰ ਦਿੱਤਾ ਗਿਆ ਭਾਵ ਉਹ ਲੋਕਾਂ ਦੇ ਰਾਸ਼ਟਰਪਤੀ ਸਨ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮੰਗ ਰਹੇ ਡਾਕਟਰ ਕਲਾਮ ਨੇ ਕਈ ਵਿਦਿਅਕ ਸੰਸਥਾਵਾਂ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਪੜ੍ਹਾਉਣਾ ਸ਼ੁਰੂ ਕੀਤਾ। ਉਸ ਮਸਿਆਂਾਂ ਦੇ ਸੁਝਾਅ ਨਹੀਂ ਬਲਕਿ ਉਹਨਾਂ ਦੇ ਹੱਲ ਦਿੰਦੇ ਸਨ। ਦੇਸ਼ ਲਈ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਮਈ 2012 ਵਿੱਚ ਡਾਕਟਰ ਸਾਹਿਬ ਨੇ ਪ੍ਰਿਸ਼ਟਾਚਾਰ ਖਤਮ ਕਰਨ ਦੇ ਮਕਸਦ ਨਾਲ ਭਾਰ ਦੇ ਨੌਜਵਾਨਾਂ ਲਈ ਵਟ ਕੈਨ ਆਈ ਗਿਵ ਮੂਵਮੈਂਟ ਦੀ ਸ਼ੁਰੂਆਤ ਕੀਤੀ ਕਿ ਮੈਂ ਦੇਸ਼ ਨੂੰ ਕੀ ਦਿੱਤਾ ਕਿਸ ਕੋਈ ਨੌਜਵਾਨ ਦੇਸ਼ ਨੂੰ ਕੀ ਦੇ ਸਕਦਾ ਹੈ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ रहित ਤੇ ਸੁੰਦਰ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਤਾਂ ਸਮਾਜ ਦੇ ਪ੍ਰਮੁੱਖ ਮੈਂਬਰ ਪਿਤਾ ਮਾਤਾ ਅਤੇ ਗੁਰੂ ਇਹ ਕੰਮ ਕਰ ਸਕਦੇ ਹਨ ਕਿਉਂਕਿ ਪਿਤਾ ਮਾਤਾ ਤੇ ਗੁਰੂ ਹੀ ਬੱਚਿਆਂ ਵਿੱਚ ਚੰਗੇ ਸੰਸਕਾਰ ਨੇ ਜਿਹੜੇ ਉਹ ਪਰ ਸਕਦੇ ਹਨ ਆਪਣੀ ਕਿਤਾਬ ਇੰਡੀਆ 2000 ਵਿੱਚ ਡਾਕਟਰ ਕਲਾਮ ਨੇ ਭਾਰਤ ਨੂੰ ਨੋਲਿਜ ਸੁਪਰ ਪਾਵਰ ਬਣਾਉਣ ਵਾਲੀ ਕਾਰਜ ਯੋਜਨਾ ਦੀ ਵਕਾਲਤ ਕੀਤੀ ਸੀ ਉਹਨਾਂ ਨੇ ਭਾਰਤ ਦੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਭਾਰਤ ਦੀ ਮਹਾਸ਼ਕਤੀ ਭਾਵੀ ਮਹਾਸ਼ਕਤੀ ਲਈ ਘਰਾ ਕਰਾਰ ਦਿੱਤਾ ਇਸ ਖਾਤਰ ਉਹਨਾਂ ਨੇ ਪੰਜ ਖੇਤਰਾਂ ਦੀ ਪਛਾਣ ਕੀਤੀ ਇਹ ਸਨ ਖੇਤੀਬਾੜੀ ਤੇ ਖੁਰਾਕੀ ਵਿਸਥਾ ਸਿੱਖਿਆ ਤੇ ਸਿਹਤ ਸੂਚਨਾ ਤੇ ਸੰਚਾਰ ਟੈਕਨੋਲੋਜੀ ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਤੇ ਮਿਆਰੀ ਬਿਜਲੀ ਊਰਜਾ ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਅਹਿਮ ਟੈਕਨੋਲੋਜੀਆ ਵਿੱਚ ਸਵੈ ਨਿਰਭਰਤਾ ਇਸ ਦਾ ਭਾਵ ਇਹ ਹੈ ਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਇੱਕ ਮਹਾਸ਼ਕਤੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਪੰਜ ਖੇਤਰਾਂ ਦੇ ਉੱਤੇ ਹੋਰ ਕੰਮ ਕਰਨ ਦੀ ਲੋੜ ਹੈ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਦੀ ਜ਼ਰੂਰਤ ਹੈ ਕਿ ਖੇਤੀਬਾੜੀ ਤੇ ਖੁਰਾਕੀ ਵਸਤਾਂ ਨੇ ਜਿਹੜੀਆਂ ਉਹਨਾਂ ਦਾ ਵਿਕਾਸ ਸਿੱਖਿਆ ਜਿਹੜੀ ਉਹ ਵਧੀਆ ਮਿਲਣੀ ਚਾਹੀਦੀ ਹੈ ਸਿਹਤ ਸਹੂਲਤਾਂ ਨੇ ਜਿਹੜੀਆਂ ਉਹ ਵੀ ਵਧੀਆ ਹੋਣੀਆਂ ਚਾਹੀਦੀਆਂ ਨੇ ਸੂਚਨਾ ਅੰਦ ਭਾਵ ਹੁੰਦਾ ਹੈ ਕਮਿਊਨੀਕੇਸ਼ਨ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਹੈ ਜਿਹੜੀ ਉਹਦੇ ਵਿੱਚ ਵੀ ਵਿਕਾਸ ਹੋਣਾ ਚਾਹੀਦਾ ਤੇ ਦੇਸ਼ ਦੇ ਹਰ ਹਿੱਸੇ ਵਿੱਚ ਵਧੀਆ ਬਿਜਲੀ ਦੀ ਸਹੂਲਤ ਸੜਕੀ ਆਵਾਜਾਈ ਦਾ ਵਧੀਆ ਢਾਂਚਾ ਹੋਣਾ ਚਾਹੀਦਾ ਹੈ ਤੇ ਜਿਹੜੀਆਂ ਮੁੱਖ ਟੈਕਨੋਲੋਜੀਆਂ ਨੇ ਅਹਿਮ ਇੰਪੋਰਟੈਂਟ ਟੈਕਨੋਲੋਜੀਜ਼ ਨੇ ਉਹਨਾਂ ਵਿੱਚ ਸਾਡੀ ਸਵੈ ਨਿਰਭਰਤਾ ਭਾਵ ਅਸੀਂ ਉਤੇ ਸੈਲਫ ਡਿਪੈਂਡ ਹੋਣੇ ਚਾਹੀਦੇ ਆ ਕਿਸੇ ਹੋਰ ਦੇਸ਼ ਤੇ ਨਿਰਭਰ ਨਹੀਂ ਹੋਣੇ ਚਾਹੀਦੇ ਡਾਕਟਰ ਕਲਾਮ ਨੇ ਕਿਹਾ ਕਿ ਸਾਰੇ ਖੇਤਰ ਇੱਕ ਦੂਜੇ ਨਾਲ ਸੰਬੰਧਿਤ ਹਨ ਕਿਸੇ ਵੀ ਇੱਕ ਦਾ ਵਿਕਾਸ ਕਰਕੇ ਦੂਸਰਿਆਂ ਨੂੰ ਅਸੀਂ ਅਣਦੇਖਿਆ ਨਹੀਂ ਕਰ ਸਕਦੇ ਤਾਂ ਬਰਾਬਰ ਹੈ ਜਿਹੜਾ ਇਹਨਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ ਤਾਂ ਹੀ ਸਾਡਾ ਦੇਸ਼ ਹੈ ਜਿਹੜਾ ਇੱਕ ਮਹਾਸ਼ਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਸਕੇਗਾ ਜੇਕਰ ਇਹ ਸਾਰੇ ਇਕੱਠੇ ਅੱਗੇ ਵਧਣਗੇ ਤਾਂ ਇਸ ਨਾਲ ਦੇਸ਼ ਹੈ ਜਿਹੜਾ ਖੁਰਾਕ ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਅੱਗੇ ਵਧੇਗਾ ਡਾਕਟਰ ਕਲਾਮ ਦਾ ਮੰਨਣਾ ਸੀ ਕਿ ਸੌਫਟਵੇਅਰ ਦੀ ਵੱਡੀ ਪੱਧਰ ਉੱਪਰ ਵਰਤੋਂ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਸੂਚਨਾ ਤਕਨਾਲੋਜੀ ਦੇ ਫਾਇਦੇ ਪਹੁੰਚਣਗੇ ਸਵੈਮਾਨ ਹਾਸਲ ਕਰਨ ਵਾਲੇ ਉਹਨਾਂ ਨੇ ਕਿਹਾ ਸੀ ਕੀ ਅਸੀਂ ਇਹ ਨਹੀਂ ਜਾਣਦੇ ਕਿ ਆਤਮ ਸਨਮਾਨ ਆਤਮ ਨਿਰਭਰਤਾ ਦੇ ਨਾਲ ਆਉਂਦਾ ਹੈ ਭਾਵੇਂ ਜੇ ਤੁਸੀਂ ਸੈਲਫ ਡਿਪੈਂਡੈਂਟ ਹੋ ਤਾਂ ਹੀ ਤੁਹਾਡੀ ਸੈਲਫ ਰਿਸਪੈਕਟ ਹੈ ਜਿਹੜੀ ਉਹ ਕਾਇਮ ਰਹਿ ਸਕਦੀ ਹੈ ਅਬਦੁਲ ਕਲਾਮ ਤਿਆਗ ਦੀ ਮੂਰਤੀ ਸਨ ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜ਼ਿੰਦਗੀ ਦੇਸ਼ ਤੇ ਲੇਖੇ ਲਾ ਦਿੱਤੀ ਉਹ ਸਾਦਗੀ ਪਸੰਦ ਇਨਸਾਨ ਸਨ। ਭਾਵ ਸਾਦਾ ਜੀਵਨ ਬਤੀਤ ਕਰਦੇ ਸਨ। ਉਹ ਵੱਡੇ ਤੜਕੇ ਭਾਵ ਰਾਤ ਨੂੰ 2 ਵਜੇ ਸੌਂ ਕੇ ਸਵੇਰੇ 6:30-7 ਵਜੇ ਉੱਠਣ ਦੇ ਆਦੀ ਸਨ। ਉਹਨਾਂ ਦੀ ਸਾਦਾ ਰਹਿਣੀ-ਬਹਿਣੀ ਸੀ। ਉਹਨਾਂ ਨੇ ਕਦੇ ਟੀਵੀ ਨਹੀਂ ਰੱਖਿਆ। ਮੌਤ ਸਮੇਂ ਉਹਨਾਂ ਦੀਆਂ ਕੁਝ ਮਨਪਸੰਦ ਨਿੱਜੀ ਚੀਜ਼ਾਂ ਬਸਤਾਂ ਪ੍ਰਾਪਤ ਹੋਈਆਂ। ਉਨ੍ਹਾਂ ਵਿੱਚ ਸ਼ਾਮਲ ਸਨ ਕੁਝ ਕਿਤਾਬਾਂ ਕੱਪੜੇ ਲੱਤੇ ਵੀਣਾ ਵੀਣਾ ਇੱਕ 뮤지컬 ਇਨਸਟਰੂਮੈਂਟ ਹੈ ਸੀਡੀ ਪਲੇਅਰ ਤੇ ਲੈਪਟਾਪ ਸਨ 2011 ਵਿੱਚ ਬਣੀ ਫਿਲਮ ਆਈ ਐਮ ਕਲਾਮ ਵਿੱਚ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਦਰਸਾਇਆ ਗਿਆ ਹੈ ਛੋਟੂ ਨਾਂ ਦੇ ਇੱਕ ਰਾਜਸਥਾਨੀ ਬੱਚੇ ਨੇ ਆਪਣੇ ਇਸ਼ਟ ਦੇ ਸਨਮਾਨ ਵਿੱਚ ਆਪਣਾ ਨਾਂ ਕਲਾਮ ਰੱਖਿਆ ਸੋ ਵਿਦਿਆਰਥੀਓ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਡਾਕਟਰ ਅਬਦੁਲ ਕਲਾਮ ਦੇ ਜੀਵਨ ਬਾਰੇ ਕਾਫੀ ਕੁਝ ਜਾਣ ਲਿਆ ਹੈ ਤੇ ਬਾਕੀ ਦਾ ਜਿਹੜਾ ਜੀਵਨੀ ਹੈ ਸਾਡਾ ਪਾਠ ਹੈ ਉਹਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਪੂਰਾ ਕਰਾਂਗੇ ਧੰਨਵਾਦ